ਪੰਜਾਬ ਦੇ ਵਿੱਚ ਹੁਣ ਆਮ ਲੋਕ ਤਾਂ ਕੀ ਸਗੋਂ ਪੁਲਿਸ ਦੇ ਮੁਲਾਜ਼ਮ ਵੀ ਸੁਰੱਖਿਅਤ ਨਹੀਂ। ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ, ਐਕਟਿਵਾ ਤੇ ਸਵਾਰ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਹੈ ਜਿਸ ਦੇ ਨਾਲ ਲੁੱਟ ਖੋਹ ਕੀਤੀ ਗਈ। ਇੱਕ ਲੁਟੇਰਾ ਇਸ ਦੇ ਕੋਲ ਖੜਾ ਹੈ ਜਿਸ ਦੇ ਵੱਲੋਂ ਇਸ ਮਹਿਲਾ ਮੁਲਾਜ਼ਮ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੇਨ ਝਪਟੀ ਗਈ ਔਰ ਮੌਕੇ ਤੋਂ ਫਰਾਰ ਹੋ ਗਿਆ। ਬਾਈਕ ਤੇ ਸਵਾਰ ਹੋ ਕੇ ਦੋ ਲੁਟੇਰੇ ਆਏ ਸੀ। ਐਕਟਿਵਾ ਤੇ ਸਵਾਰ ਇਹ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਹੈ ਜਿਸ ਤੋਂ ਸੋਨੇ ਦੀ ਚੇਨ ਖੋ ਕੇ ਲੈ ਗਏ। ਇਸ ਦੇ ਗਲ ਦੇ ਵਿੱਚ ਪਾਈ ਹੋਈ ਸੀ ਔਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਪਿੱਛੋਂ ਦੀ ਆ ਕੇ ਗਲ ਦੇ ਵਿੱਚ ਪਾਈ ਸੋਨੇ ਦੀ ਚੇਨ ਝਪਟ ਲਈ ਔਰ ਮੌਕੇ ਤੋਂ ਫਰਾਰ ਹੋ ਗਏ। ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਦੇ ਵਿੱਚ ਇੱਕ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੇ ਨਾਲ ਲੁੱਟ ਖੋਹ ਕੀਤੀ ਗਈ। ਮੁਲਾਜ਼ਮ ਆਪਣੀ ਨਣਦ ਨੂੰ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਮਿਲਣ ਆਈ ਸੀ ਔਰ ਐਕਟਿਵਾ ਤੇ ਸਵਾਰ ਹੋ ਕੇ ਹੀ ਖੜੀ ਸੀ। ਇਹਨੇ ਨੂੰ ਇੱਕ ਲੁਟੇਰਾ ਆਇਆ ਜਿਸ ਨੇ ਮਹਿਲਾ ਦੇ ਗਲ ਨੂੰ ਹੱਥ ਪਾਇਆ ਤੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੇ ਨਾਲ ਲੁੱਟ ਕੀਤੀ ਗਈ, ਸੋਨੇ ਦੀ ਚੇਨ ਖੋਹੀ ਗਈ ਤਾਂ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਘੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਹਾਂਜੀ ਸਰ, ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਬਹਾਦਰਪੁਰ ਆਪਣੀ ਨਾਨ ਦੇ ਘਰੋਂ। ਅੱਛਾ ਜੀ, ਅਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ? ਸਰ, ਮੈਂ ਗੁੜੀਆ ਨੂੰ ਲੈਣ ਆਈ ਸੀ ਆਪਣੀ ਨੂੰ, ਅਤੇ ਉੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ, ਪਿੱਛੋਂ ਦੀ ਚੋਰ ਆਇਆ ਅਤੇ ਚੈਨੀ ਅਤੇ ਵਿੱਚ ਸਿੰਗੀ ਸੀਗੀ ਅਤੇ ਖੋ ਕੇ ਲੈ ਗਿਆ। ਕਿੰਨੀ ਕੀਮਤ ਸੀਗੀ ਚੈਨੀ ਦੀ? ਸੋਨੇ ਦੀ ਸੀ ਚਾਂਦੀ ਦੀ ਸੀਗੀ? ਸੋਨੇ ਦੀ ਸਰ। ਠੀਕ ਹੈ ਜੀ, ਕਿੰਨੀ ਕੁ ਕੀਮਤ ਸੀਗੀ ਜੀ? ਚੋਰ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਹਾਂ ਬਿਲਕੁਲ, ਮਤਲਬ ਫੋਟੋ ਵਗੈਰਾ ਸਾਰਾ ਕੁਛ ਹੈਗਾ ਉਹਦਾ। ਸੀਸੀਟੀਵੀ ਦੇ ਵਿੱਚ ਆ ਗਿਆ? ਹਾਂਜੀ ਸਰ, ਆ ਗਿਆ ਸਾਰਾ, ਵਾਰਦਾਤ ਪੂਰੀ ਆਈ ਹੈ। ਕਿੰਨੇ ਜਣੇ ਸੀਗੇ ਜੀ? ਦੋ ਜਣੇ ਸੀ ਸਰ, ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਅਤੇ ਇੱਕ ਪਿੱਛੇ ਬੈਠਾ ਸੀ। ਇਹ ਥਾਣਾ ਕਿਹੜਾ ਪੈਂਦਾ ਜੀ? ਸਿਟੀ ਸਰ। ਸਿਟੀ ਜੀ, ਤੁਸੀਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਜੀ? ਹਾਂਜੀ ਸਰ, ਮੈਂ ਪਰਚਾ ਦਰਜ ਕਰਾਇਆ। ਅੱਛਾ ਜੀ, ਹਾਂਜੀ। ਅਤੇ ਤੁਸੀਂ ਕੀ ਕੰਮ ਕਰਦੇ ਹੋ? ਮੈਂ ਵੀ ਸਰ ਪੰਜਾਬ ਪੁਲਿਸ 'ਚ ਹੀ ਹਾਂ। ਅਤੇ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ? ਇੱਥੇ ਸਰ ਮਿੰਨੀ ਸੈਕਟਰੀ ਹੈ, SSP ਦਫ਼ਤਰ। ਅੱਛਾ ਜੀ, ਹਾਂਜੀ। ਠੀਕ ਹੈ ਜੀ, ਕੀ ਮਨ ਕੋਈ ਅਪੀਲ ਤੁਹਾਡੀ? ਇਹੀ ਸਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਅਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ। ਅੱਜ ਮੇਰੇ ਭਾਬੀ ਆਏ ਸੀ, ਬੇਟੀ ਗੁੜੀਆ ਮੇਰੇ ਕੋਲ ਹੁੰਦੀ ਹੈ ਇਹਨਾਂ ਦੀ, ਇਹ ਜੋਬ ਕਰਦੇ ਆ ਤਾਂ ਗੁੜੀਆ ਮੇਰੇ ਕੋਲ ਹੀ ਹੁੰਦੀ ਆ ਡੇਲੀ। ਅੱਜ ਵੀ ਇੱਥੇ ਸੀ ਅਤੇ ਨਾ ਲੈਣ ਆਏ ਆ 1:30 ਵਜੇ, ਅਤੇ ਇਹਨਾਂ ਨੇ ਫੋਨ ਕੀਤਾ ਮੂਹਰੇ ਸਾਡੇ ਜਗਰਾਤਾ ਹੈ ਤਾਂ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ, ਅਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਨੂੰ ਲੈ ਕੇ ਆ ਜਾਓ। ਜਿੱਦਾਂ ਹੀ ਫੋਨ ਕਰਨ ਲੱਗੇ ਉਹ ਚੋਰ ਜਿਹੜੇ ਸੀਗੇ ਪਿੱਛੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ, ਅਤੇ ਜਿੱਦਾਂ ਹੀ ਇਹ ਰੁਕੇ ਆ ਐਕਟਿਵਾ ਤੇ ਫੋਨ ਤੇ ਗੱਲ ਕਰ ਰਹੇ, ਉਹ ਚੋਰ ਪਿੱਛੋਂ ਆਇਆ, ਇਹ ਮਤਲਬ ਪਹਿਲਾਂ ਉਹ ਟੈਂਟ ਦੇ ਸਮਾਨ ਨੂੰ ਹੱਥ ਲਾਉਣ ਲੱਗ ਪਿਆ ਕਿ ਇਹਨਾਂ ਨੂੰ ਪਤਾ ਨਾ ਸ਼ੱਕ ਨਾ ਪਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਹਾਂ, ਅਤੇ ਫਿਰ ਜਿੱਦਾਂ ਹੀ ਉਹ ਹੋਇਆ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋਂ ਝਪੱਟ ਮਾਰ ਕੇ ਚੈਨੀ ਖੋਹ ਲਈ ਇਹਨਾਂ ਦੀ, ਲੈ ਕੇ ਦੌੜ ਗਿਆ। ਇੱਕ ਬਾਈਕ 'ਤੇ ਸੀਗਾ, ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਅਤੇ ਇੱਕ ਖੋਹ ਕੇ ਬਾਈਕ 'ਤੇ ਬਹਿ ਕੇ ਦੌੜ ਗਿਆ। ਹਾਂਜੀ, ਇਹ ਕੀ ਕੰਮ ਕਰਦੇ, ਕੀ ਨਾਮ ਇਹਨਾਂ ਦਾ ਜਿਹਨਾਂ ਦੀ ਚੰਨੀ ਹੋਈ? ਉਹ ਮੇਰੇ ਭਰਜਾਈ ਨੇ, ਲਵਪ੍ਰੀਤ। ਹਾਂਜੀ, ਕੀ ਕੰਮ ਕਰਦੇ? ਇਹ ਵੀ ਪੁਲਿਸ ਚ ਨੇ। ਅੱਛਾ ਜੀ, ਕਿੰਨੇ ਕੁ ਵਜੇ ਦੀ ਵਾਰਦਾਤ? 1:30 ਵਜੇ।
ਠੀਕ ਹੈ ਜੀ, ਉਹਦੇ ਤੇ ਚਿਹਰੇ ਸਪਸ਼ਟ ਆਏ? ਹਾਂਜੀ, ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਆ। ਤੇ ਸੀਸੀਟੀਵੀ ਦੇਖੀ ਤੁਸੀਂ? ਹਾਂਜੀ ਹਾਂਜੀ ਦੇਖ ਲਈ ਆ। ਮਤਲਬ ਜਿੱਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ, ਕੁਝ ਕਰ ਮਤਲਬ ਕਰ ਦਿੰਦੇ, ਫਿਰ ਜ਼ਿਆਦਾ ਸੀਗਾ। ਇਹ ਅਸੀਂ ਇਕੱਲੇ ਸੀਗੇ, ਉਹ ਵੀ ਇਕਦਮ ਹੀ ਖਿੱਚੀ ਉਹਨਾਂ ਨੇ, ਉਹ ਵੀ ਡਰ ਗਏ ਇਕਦਮ ਹੀ, ਪਤਾ ਨਹੀਂ ਲੱਗਾ ਉਹਨੂੰ, ਸਹਿਮ ਗਏ ਉਹ ਵੀ। ਹਾਂਜੀ, ਤੁਸੀਂ ਕਰ ਰਹੇ ਹੋ ਇੱਕ ਮਹਿਲਾ, ਉਹ ਆਏ ਦਿਨ ਇਸ ਤਰ੍ਹਾਂ ਦੀ ਵਾਰਦਾਤ ਕਿਵੇਂ ਦੇਖਦੇ? ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ, ਮਤਲਬ ਕਿ ਸੋਚੇ ਕਿ ਹਾਂ ਇੱਦਾਂ ਦੀਆਂ ਘਟਨਾਵਾਂ ਹੋਣ ਹੀ ਨਾ, ਇੱਦਾਂ ਦੇ ਕੋਈ ਕਾਨੂੰਨ ਬਣਾਉਣ ਕਿ ਇੱਦਾਂ ਦਾ ਕੁਛ ਹੋਵੇ ਹੀ ਨਾ ਅੱਗੇ ਤੋਂ, ਕਿਉਂਕਿ ਇੱਦਾਂ ਤਾਂ ਮਹਿਲਾਵਾਂ ਦੇ ਨਾਲ ਆਏ ਦਿਨ ਉੱਦਾਂ ਹੁੰਦਾ ਹੀ ਆ। ਕੋਈ ਐਕਟਿਵਾ ਨੂੰ ਤਾਂ ਕਦੇ ਕਚੈਨੀ ਖੋ ਕੇ ਚੱਲ ਜਾਂਦੇ ਆ, ਕਦੇ ਕੁਛ ਕਦੇ ਕੁਛ। ਜੇ ਕਿਸੇ ਬੱਚੇ ਦੇ ਚੋਟ ਲੱਗ ਜਾਏ, ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ, ਕੁਛ ਕਿਸੇ ਨੂੰ ਮਿਸਹੈਪਨਿੰਗ ਹੋ ਜਾਏ, ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ? ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇੱਦਾਂ ਦੀਆਂ ਘਟਨਾਵਾਂ ਹੋਣ ਹੀ ਨਾ। ਪਹਿਲਾਂ ਵੀ ਇੱਦਾਂ ਦੀ ਵਾਰਦਾਤਾਂ ਹੁੰਦੀਆਂ? ਹਾਂਜੀ ਹੁੰਦੀਆਂ ਹੀ ਆ, ਰੋਜ਼ ਸੁਣਦੇ ਹੀ। ਅਸੀਂ ਤਾਂ ਦੇਖਦੇ ਸੀ ਆਲੇ ਦੁਆਲੇ, ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇੱਦਾਂ ਹੋ ਜਾਣਾ ਆ। ਹਾਂਜੀ, ਹੁਣ ਸਹਿਮੇ ਹੋਏ, ਡਰੇ ਹੋਏ? ਹਾਂਜੀ, ਅਸੀਂ ਤਾਂ ਸਾਰੇ ਡਰੇ ਹੋਏ ਹਾਂ, ਅਸੀਂ ਤਾਂ ਰੋਟੀ ਵੀ ਨਹੀਂ ਖਾਧੀ ਹੈ, ਘੁੰਮਦੇ ਪਏ ਡਰੇ ਡਰੇ। ਇਹ ਮਤਲਬ ਗਲੀ 'ਚ ਬੈਠੇ ਹੋਏ ਸੀ ਬਾਹਰ। ਕੌਣ ਜੀ? ਮਦਰ ਮੇਰੇ। ਇਹਨਾਂ ਨਾਲ ਵੀ ਕੋਈ ਵਾਰਦਾਤ? ਹਾਂਜੀ, ਇਹ ਨਾ ਬਾਹਰ ਬੈਠੇ ਹੋਏ ਸੀ, ਬੰਦੇ ਆਏ ਤੇ ਇਹਨਾਂ ਤੋਂ 9000 ਰੁਪਇਆ ਖੋ ਕੇ ਲੈ ਗਏ। ਇੱਕ ਅਲੱਗ ਘਟਨਾ ਜੀ? ਹਾਂਜੀ, ਇਹ ਅਲੱਗ ਘਟਨਾ ਹੈ, ਉਹ ਵੀ ਇਸੇ ਗਲੀ ਦੀ, ਇੱਥੋਂ ਹੀ ਲੈ ਗਏ ਸੀਗੇ। ਇਹ ਕਦੋਂ ਦੀ ਗੱਲ ਹੈ? ਇਹ ਬਸ 4-5 ਮਹੀਨੇ ਪਹਿਲਾਂ ਦੀ ਗੱਲ ਆ। ਪੈਸੇ ਖੋ ਕੇ ਲੈ ਗਏ? ਹੋਰ ਪੈਸੇ ਖੋ ਕੇ ਲੈ ਗਏ। ਕਿੰਨੀ ਉਮਰ ਸੀ? ਕਿੰਨੀ ਉਮਰ ਸੀ ਇਹਨਾਂ ਕੋਲ? ਉਹ ਵੀ ਨਾਰਮਲ ਇੱਦਾਂ ਹੀ ਸੀਗੇ, 20-30 ਸਾਲ ਦੇ। ਮਾਤਾ ਜੀ ਦੀ ਕਿੰਨੀ ਉਮਰ? ਇਹਨਾਂ ਦੀ 65 ਸਾਲ। ਇਹਨਾਂ ਕੋਲੋਂ ਪਹਿਲਾਂ ਹੋਈ? ਹਾਂਜੀ।